इंसानियत हुई शर्मसार। पिंड आसल उताड़ विच शमशान काट दा शेड ना होन करके एक परिवार नू मीह पेंदे विच तरपाल दे सहारे करना पिया अंतिम संस्कार। देश दी आजादी नू पावें 74 साल हो चले ने, पर साडे विच अज वी लोक बुनियादी सहूलतां लई संघर्ष करदे नज़र आ रहे हन। अजिहा एक मामला खेमकरन हल्के दे पिंड आसल उताड़ विच उस वेले देखन नू मिलिया जद एक परिवार नू अपने मैंबर दा अंतिम संस्कार भारी बारिश दौरान बिना शेड वाले शमशान घाट विच तरपाल दी सहायता नाल करना पिया। तरन तारण तो सरबजीत सिंह दी रिपोर्ट, लाइव भारत। हाँ जी वीर जी, ये की नाम है अपना, तो जिहड़ा कल संस्कार होया सी वरदे मीह दे विच, उपरों छत नहीं ते थले संस्कार हो रहा सीगा, की कहना चाहुंदे वीर जी? मेरा नाम सतनाम सिंह आ। मेरे पापा की 19 तरीक नूं रात नूं 11 बजे डैथ हुई है। कल 20 तरीक नूं उन्हां दा संस्कार किया जाना सी। जदों असीं उन्हां दी डैड बॉडी शमशान घाट विच लै के गए हाँ, कुछ ही समय बाद उत्थे मीह आउणा शुरू हो गया वा, ते उहदे उपर कोई भी किसे टीना दा जां लैंटर दा कोई भी प्रबंध नहीं सी हैगा। तो 11 बजे का ही संस्कार करना शुरू किया। शाम के 5 बज गए सी, शाम जिहड़ा संस्कार नहीं सी हो सकिया। 3-4 बजे जिहड़ा सेवा बुझ गया सी, फिर उन्हें दोबारा अग लगाई गई 15 लीटर के लागे। वो उत्ते अं पेट्रोल डीजल पाया वा, खंड पाई, लून पा पा के, बरोजा पा पा के, होर भी अग पैन वाली चीज़ा पा पा के फिर संस्कार किया गया उन्हों का। बहुत औखा होया संस्कार उन्हों का। तो साड़ी तो यही मंग वा कि ये जिहड़ा माड़ा समा वा हरेक ते आउंदा वा, जिहड़ा शमशान घाट वा अपना आखिरी घर वा, तो साड़ी बेनती वा कि जिहड़ा साडे पिंड दे विच हुण घट्टो घट 5 शमशान घाट बने हुए आ, हरेक पिंड दे विच एक शमशान घाट बनना चाहिए वा, तो उहदा प्रबंध बहुत वधिया होना चाहिए वा। पानी का भी प्रबंध होना चाहिए, बाथरूमों का भी होना चाहिए वा। हुण साडे शमशान घाट दे विच जिहड़ा बरांडा पिया वा, ਸਾਈਡਾਂ 'ਤੇ ਉਹਦੀਆਂ ਕੰਧਾਂ ਨਹੀਂ ਹੈਗੀਆਂ, ਮੀਂਹ ਆ ਰਿਹਾ ਸੀ, ਜਿੰਨੀ ਵੀ ਸੰਗਤ ਪਹੁੰਚੀ ਸੀ ਸਾਰੀ ਭਿੱਜ ਗਈ ਆ, ਅਤੇ ਸੰਸਕਾਰ ਵੀ ਬਹੁਤ ਔਖਾ ਹੋਇਆ। ਪਤਾ ਨਹੀਂ ਜੀ, ਜਿਹੜਾ ਉਹਦੇ ਲਿਖਿਆ ਹੋਇਆ ਵਾ ਸਾਈਡ 'ਤੇ ਵੀ ਇਹਦੀ ਸੇਵਾ ਕੀਤੀ ਗਈ ਆ, ਹੁਣ ਇਹਨਾਂ ਨਹੀਂ ਪਤਾ ਕਿਸ ਪਰਿਵਾਰ ਵੱਲੋਂ ਕੀਤੀ ਗਈ, ਉੱਥੇ ਲਿਖਿਆ ਹੋਇਆ ਜੀ। ਇਹਨਾਂ ਦੀ ਵੀ ਕੱਲ ਦੱਸਿਆ ਜਾ ਰਿਹਾ ਜੀ, ਅਸੀਂ ਤੇ ਹੁਣ ਸਾਡੇ ਤੇ ਦੁੱਖ ਦਾ ਸਮਾਂ ਹਵਾ, ਅਸੀਂ ਤੇ ਇਸ ਚੀਜ਼ ਦੇ ਵਿੱਚ ਨਹੀਂ, ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਵੀ ਇਹਦੀ ਜਿਹੜੀ ਸੇਵਾ। ਉਹ ਜੀ ਬੁੱਧ ਸਿੰਘ ਆ, ਉਹਨਾਂ ਦੇ ਸਪੁੱਤਰ ਹਰਭਜਨ ਸਿੰਘ ਆ, ਉਹਨਾਂ ਉੱਤੇ ਲਿਖਿਆ ਵੀ ਹੋਇਆ, ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਉਹ ਬਰਾਂਡੇ ਦੀ ਸੇਵਾ ਕੀਤੀ ਸੀ ਸੰਗਤਾਂ ਵਾਸਤੇ, ਪਰ ਉਹਦੀਆਂ ਵੀ ਕੋਈ ਕੰਧਾਂ ਨਹੀਂ ਹੈਗੀਆਂ। ਜਦੋਂ ਮੀਂਹ ਆਇਆ ਸੰਗਤ ਬਹੁਤ ਖਰਾਬ ਹੋਈ ਆ, ਤੁਸੀਂ ਵੀਡੀਓ ਲੋਕਾਂ ਨੇ ਬਣਾ ਕੇ ਬਹੁਤ ਸ਼ੇਅਰ ਕੀਤੀ, ਉਹਦੇ ਵਿੱਚ ਤੁਸੀਂ ਵੇਖ ਸਕਦੇ ਜੀ। ਉਹ ਵੀ ਜੀ ਕੱਲ੍ਹ ਜਦੋਂ ਅਸੀਂ ਸੰਸਕਾਰ ਕਰਦੇ ਪਏ ਸੀ, ਹੁਣ ਸਾਨੂੰ ਤਾਂ ਕੋਈ ਇਸ ਚੀਜ਼ ਬਾਰੇ ਸਮਝ ਨਹੀਂ ਸੀ ਆ ਰਹੀ, ਕਿਉਂਕਿ ਬਹੁਤ ਦੁੱਖ ਦਾ ਸਮਾਂ ਸੀ, ਅਤੇ ਪਰ ਟਾਈਲਾਂ ਬਾਰੇ ਦੱਸਿਆ ਜਾ ਰਿਹਾ ਸੀ ਵੀ ਪ੍ਰੀਤਮ ਸਿੰਘ ਅਤੇ ਇਹਨਾਂ ਦੇ ਸਪੁੱਤਰ ਹਰਭਜਨ ਸਿੰਘ, ਉਹਨਾਂ ਦੀ ਟਾਇਲ ਫੈਕਟਰੀ ਆ, ਅਤੇ ਉਹਨਾਂ ਨੇ ਜਿਹੜੀਆਂ ਸੇਵਿਆਂ 'ਚ ਟਾਈਲਾਂ ਲੱਗੀਆਂ ਉਹਦੀ ਸੇਵਾ ਉਹਨਾਂ ਕੀਤੀ। ਇਹਦੇ ਬਾਰੇ ਜੀ ਸਾਨੂੰ ਨਹੀਂ ਪਤਾ, ਅਸੀਂ ਖੁਦ ਵੀ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹਾਂ, ਅਸੀਂ ਪਾਰਟੀਬਾਜ਼ੀ ਦੇ ਵਿੱਚ ਨਹੀਂ। ਅਤੇ ਇਹ ਚਲੋ ਤੁਸੀਂ ਜਿੰਨੇ ਵੀ ਪੱਤਰਕਾਰ ਵੀਰ ਵੀਡੀਓ ਨੂੰ ਵੇਖ ਵੇਖ ਕੇ ਪਹੁੰਚ ਰਹੇ ਨੇ, ਪਹਿਲਾਂ ਵੀ ਬਿਆਨ ਲੈ ਕੇ ਗਏ ਨੇ, ਅਤੇ ਅਸੀਂ ਤਾਂ ਇਹੋ ਮੰਗ ਕਰਦੇ ਹਾਂ ਸਰਕਾਰ ਤੱਕ ਜੇਕਰ ਸਾਡੀ ਆਵਾਜ਼ ਪਹੁੰਚੇ, ਕਿਉਂਕਿ ਇਹ ਸਮਾਂ ਹਰੇਕ 'ਤੇ ਆਉਂਦਾ, ਮੀਂਹ ਦਾ ਕੋਈ ਪਤਾ ਨਹੀਂ ਕਦੋਂ ਵੀ ਮੌਸਮ ਖਰਾਬ ਹੋ ਸਕਦਾ ਵਾ, ਪਰ ਜਿਹੜੇ ਸਿਵੇ ਆ ਹਰੇਕ ਪਿੰਡ ਦੇ ਵਿੱਚ ਭਾਵੇਂ ਇੱਕ ਹੀ ਹੋਵੇ, ਅਤੇ ਉਹਦੀ ਮੁਰੰਮਤ ਚੰਗੀ ਤਰੀਕੇ ਨਾਲ ਹੋਈ ਹੋਵੇ, ਪਾਣੀ ਦਾ ਪ੍ਰਬੰਧ ਹੋਵੇ, ਬਾਥਰੂਮਾਂ ਦਾ ਹੋਵੇ, ਉੱਪਰ ਟੀਨਾ ਜਾਂ ਲੈਂਟਰ ਪਿਆ ਹੋਵੇ। ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦੇ ਜ਼ਮਾਨੇ 'ਚ ਵੀ ਲੋਕਾਂ ਨੂੰ ਸੰਸਕਾਰ ਕਰਨ ਦੇ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਮੀਂਹ ਕਣੀ ਦੇ ਵਿੱਚ, ਬਾਰਿਸ਼ ਦੇ ਵਿੱਚ ਅੱਜ ਦੇ ਜ਼ਮਾਨੇ 'ਚ ਤਰਪਾਲਾਂ ਪਾ ਕੇ ਸੰਸਕਾਰ ਕਰਨਾ ਪਵੇ, ਇਹੋ ਜਿਹੀ ਸਰਕਾਰ ਦੇ ਦੁਰਫਟੇ ਮੂੰਹ। ਔਰ ਜਿੱਥੋਂ ਤੱਕ ਉਸ ਸ਼ਮਸ਼ਾਨ ਘਾਟ ਦਾ ਸੰਬੰਧ ਹੈ, ਜਦੋਂ ਮੈਂ MLA ਸੀ ਤੇ ਮੇਰੇ MLA ਬਣਨ ਤੋਂ ਪਹਿਲਾਂ ਉੱਥੇ ਹੁੰਦਾ ਹੀ ਕੁਛ ਨਹੀਂ ਸੀਗਾ, ਔਰ ਉਹ ਸ਼ਮਸ਼ਾਨ ਘਾਟ ਬਣਾਇਆ ਗਿਆ, ਔਰ ਉੱਥੇ ਸੰਸਕਾਰ ਕਰਨ ਵਾਸਤੇ ਟੀਨਾ ਵਾਲਾ ਸ਼ੈੱਡ ਵੀ ਬਣਾਇਆ ਗਿਆ। ਹੁਣ ਟੀਨਾ 'ਤੇ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਸ ਸ਼ੈੱਡ ਦੀਆਂ ਲਾਹ ਦਿੱਤੀਆਂ ਗਈਆਂ ਜਿੱਥੇ ਸੰਸਕਾਰ ਕੀਤਾ ਜਾਂਦਾ ਸੀਗਾ, ਜਾਂ ਤਾਂ ਟੀਨਾ ਲਾ ਕੇ ਉੱਥੇ
ਵਧੀਆ ਤੁਸੀਂ ਕੋਈ ਲੈਂਟਰ ਵਾਲੀ ਪ੍ਰੋਵੀਜ਼ਨ ਕਰੋ, ਕੋਈ ਲੈਂਟਰ ਵਾਲਾ ਸੰਸਕਾਰ ਕਰਨ ਵਾਲੀ ਜਗ੍ਹਾ ਬਣਾਓ। ਉਹ ਬਣਾਈ ਨਹੀਂ ਅਤੇ ਟੀਨਾਂ ਵੀ ਪਤਾ ਨਹੀਂ ਉੱਥੋਂ ਲਾ ਕੇ ਕਿਤੇ ਵੇਚਤੀਆਂ ਆ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਅੱਜ ਉੱਥੇ ਟੀਨਾਂ ਵੀ ਹੈ ਨਹੀਂ ਅਤੇ ਲੋਕਾਂ ਨੂੰ ਨਿਧਰੇ ਅਤੇ ਬਾਰਿਸ਼ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦਾ ਸੰਸਕਾਰ ਕਰਨ ਵਾਸਤੇ ਵੱਡੀ ਅਤੇ ਭਾਰੀ ਜੱਦੋਜਹਿਦ ਕਰਨੀ ਪੈ ਰਹੀ ਹੈ ਅਤੇ ਤਰਪਾਲਾਂ ਲਾ ਲਾ ਕੇ ਸੰਸਕਾਰ ਕਰਨਾ ਪੈ ਰਿਹਾ। ਇਹ ਬੜੀ ਸ਼ਰਮ ਦੀ ਗੱਲ ਹੈ, ਸਾਨੂੰ ਵੀ ਸਾਰਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਉੱਥੇ ਲੋਕ ਕੀ ਸੋਚਦੇ ਹੋਣੇ ਆ ਕਿ ਪਹਿਲਾਂ ਵੀ ਸਰਕਾਰਾਂ ਰਹੀਆਂ ਅਤੇ ਹੁਣ ਵੀ ਸਰਕਾਰ ਹੈ ਅਤੇ ਕੀਤਾ ਕੀ ਹੈ। ਅਤੇ ਤੁਹਾਡੇ ਸਾਹਮਣੇ ਹੀ ਹੈ ਕਿ ਜਿਹੜੇ ਸੱਚਾਈ ਇਹੀ ਹੈ ਕਿ 2007 'ਚ ਜਦੋਂ ਮੈਂ MLA ਬਣਿਆ ਉਸ ਤੋਂ ਪਹਿਲਾਂ ਉੱਥੇ ਕੁਛ ਵੀ ਨਹੀਂ ਸੀ ਹੈਗਾ, ਕੇਵਲ ਰੜੇ ਗਰਾਊਂਡ ਸੀਗੀ। ਉੱਥੇ ਜੋ ਕੁਛ ਬਣਿਆ ਅਕਾਲੀ ਸਰਕਾਰ ਵੇਲੇ ਬਣਿਆ ਔਰ ਜਿਹੜਾ ਸੰਸਕਾਰ ਕਰਨ ਵਾਸਤੇ ਟੀਨਾਂ ਵਾਲਾ ਸ਼ੈੱਡ ਵੀ ਬਣਿਆ, ਆਮ ਕਰਕੇ ਹੀ ਟੀਨਾਂ ਵਾਲੇ ਸ਼ੈੱਡ ਜਿਹੜੇ ਆ ਬਣਦੇ ਆ, ਅਤੇ ਇਹਨਾਂ ਨੇ ਉਹ ਟੀਨਾਂ ਵਾਲਾ ਸ਼ੈੱਡ ਜਿਹੜਾ ਉਹ ਟੀਨਾ ਉਤਾਰ ਲਈਆਂ। ਅੱਗੇ ਤੁਰ ਗਏ ਔਰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਇਸ ਸ਼ਮਸ਼ਾਨ ਘਾਟ ਦੀ ਹੋਰ ਬਿਹਤਰੀ ਵਾਸਤੇ, ਇਹਨੂੰ ਹੋਰ ਸਹੂਲਤਾਂ ਵਾਲਾ ਬਣਾਉਣ ਵਾਸਤੇ ਸ਼ਾਇਦ 4 ਲੱਖ ਰੁਪਈਏ ਦੀ ਗ੍ਰਾਂਟ ਵੀ ਆਈ ਹੈ। ਉਹ ਗ੍ਰਾਂਟ ਵੀ ਖੁਰਦ ਬੁਰਦ ਕਰ ਦਿੱਤੀ ਗਈ ਹੈ। ਅਤੇ ਤੁਸੀਂ ਇੱਥੋਂ ਤੱਕ ਹਿਸਾਬ ਲਾ ਲਓ ਵੀ ਇੱਕ ਸਰਪੰਚ ਨੇ ਜਿਹੜੀਆਂ ਸੰਸਕਾਰ ਕਰਨ ਵਾਲਾ ਸ਼ੈੱਡ ਜਿਹੜਾ ਟੀਨਾ ਦਾ ਬਣਿਆ ਸੀ, ਟੀਨਾ ਵੀ ਲਾ ਕੇ ਲੈ ਗਿਆ। ਇਸ ਤੋਂ ਮਾੜੀ ਬਦਕਿਸਮਤੀ ਕਿਹੜੀ ਹੋ ਸਕਦੀ, ਬੜੇ ਦੁੱਖ ਦੀ ਗੱਲ। ਕੱਲ੍ਹ ਮਾਮਲਾ ਸਾਹਮਣੇ ਆਇਆ ਸੀਗਾ ਕਿ ਬਾਰਸ਼ ਦੇ ਵਿੱਚ ਇੱਕ ਮ੍ਰਿਤਕ ਵਿਅਕਤੀ ਦਾ ਸੰਸਕਾਰ ਕੀਤਾ ਗਿਆ ਸੀਗਾ, ਉੱਥੇ ਸ਼ੈੱਡ ਨਹੀਂ ਹੈਗਾ, ਉਹਦੇ ਵਾਸਤੇ ਕੀ ਤੁਹਾਡੇ ਵੱਲੋਂ ਜਾਂਚ ਕਰਕੇ ਅਤੇ ਕਰ ਰਹੇ ਹੋ? ਮੈਂ ਉਹਦੇ ਬਾਰੇ ਅੱਜ ਹੀ ਅਖਬਾਰ 'ਚ ਪੜ੍ਹਿਆ ਸੀ, ਉਹਦੇ ਬਾਰੇ ਮੈਂ ਕੰਸਲਟ BDO ਕੋਲੋਂ ਰਿਪੋਰਟ ਵੀ ਮੰਗੀ ਹੈ ਔਰ ਸਰਕਾਰ ਨੂੰ ਵੀ ਲਿਖਣ ਲੱਗੇ ਹਾਂ ਉਹ 'ਚ ਗ੍ਰਾਂਟ ਲੈ ਕੇ ਇੱਕ ਤਾਂ ਉੱਥੇ ਪੱਕੀ ਛੱਤ ਪਵਾਈ ਜਾਏਗੀ, ਦੂਸਰਾ ਇਹਦੀ ਜਵਾਬ ਤਲਬੀ ਵੀ ਕੀਤੀ ਜਾਏਗੀ ਕੰਸਲਟ BDO ਦੀ ਵੀ, ਕਿਉਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜਦਕਿ ਇੰਨੇ ਚਿਰ ਤੋਂ ਇਹ ਸ਼ਮਸ਼ਾਨ ਘਾਟ ਬਣਿਆ ਅਤੇ ਉੱਥੇ ਘੱਟ ਤੋਂ ਘੱਟ ਇੱਕ ਚੈਂਬਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿੱਥੇ ਛੱਤ ਬਣੀ ਹੋਵੇ ਤਾਂ ਕਿ ਲੋਕ ਬੜੇ ਆਰਾਮ ਨਾਲ ਆਪਣੇ, ਜੇ ਕੋਈ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਹਦਾ ਅਸੀਂ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜ਼ਾਂ ਨਾਲ ਕਰ ਸਕੀਏ, ਅਤੇ ਇਹਦੇ 'ਚ ਜੋ ਵੀ ਜਵਾਬ ਦੇ ਪਾਇਆ ਗਿਆ ਉਹਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇ।